ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਫਸਲ ਬੱਟੂ ਅਤੇ ਤੁਸੀਂ ਵੇਖਦੇ ਪਏ ਹੋ ਮੇਰਾ ਯੂਟਿਊਬ ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਮੇਰੇ ਕਿਸਾਨ ਵੀਰ ਭਰਾਓ, ਜਿਹੜੇ ਦੋਸਤ ਕਿਸਾਨ ਵੀਰ ਆਲੂ ਦੀ ਫਸਲ ਕਾਸ਼ਤ ਕਰਦੇ ਨੇ ਅਤੇ ਉਹਨਾਂ ਨੂੰ ਪਤਲੇ ਟਾਇਰਾਂ ਦੀ ਜ਼ਰੂਰਤ ਹੁੰਦੀ ਹੈ। ਜਿਸ ਤਰੀਕੇ ਸਾਰੇ ਦੋਸਤਾਂ ਨੂੰ ਪਤਾ ਵੀ 75-85 ਨੂੰ ਟਾਇਰ ਚੌੜੇ ਆਉਂਦੇ ਨੇ ਅਤੇ ਆਲੂ ਲਗਾਉਣ ਵਾਸਤੇ, ਆਲੂ ਪੱਟਣ ਵਾਸਤੇ ਰੂਸੀ ਟਰੈਕਟਰ ਦੇ ਸਾਈਜ਼ ਦੇ ਪਤਲੇ ਟਾਇਰ ਜਿਹੜੇ ਨੇ ਉਹਨਾਂ ਦੀ ਲੋੜ ਹੁੰਦੀ ਹੈ। ਅਤੇ ਆ ਮੇਰੇ ਕਜ਼ਨ ਬਾਬਰ ਇਕਬਾਲ ਬੱਟੂ 375 ਨੂੰ ਨਾ ਪਵਾ ਲਿਆਉਂਦੇ ਨੇ ਜਨਾਬ ਪਤਲੇ ਟਾਇਰ ਰਿਮ, ਅਤੇ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਵਿਖਾਉਣੇ ਹੈ। ਟਾਇਰ ਬਿਲਕੁਲ 0 ਮੀਟਰ ਉਹਨਾਂ ਲਿਆਉਂਦੇ ਨੇ ਅਤੇ ਪਹਿਲੇ ਟਾਇਰ ਚੈੱਕ ਕਰਨੇ ਆ, ਰਿਮ ਚੈੱਕ ਕਰਨੇ ਆ, ਫਿਰ ਤੁਹਾਨੂੰ ਦੱਸਣਾ ਵੀ ਉਹਨਾਂ ਇਹ ਕਿਤਨੇ ਦੇ ਖਰੀਦਦੇ ਨੇ, ਤਾਂ ਕਿ ਜਿੰਨੇ ਵੀ ਦੋਸਤ ਵੀਰ ਭਰਾ ਆਪਣੇ ਟਰੈਕਟਰ ਦੇ ਟਾਇਰ ਚੇਂਜ ਕਰਨਾ ਚਾਹੁੰਦੇ ਹੈਗੇ ਨੇ, ਜਿਨ੍ਹਾਂ ਨੂੰ ਲੋੜ ਹੈ ਪਤਲੇ ਟਾਇਰਾਂ ਦੀ, ਅਤੇ ਉਹਨਾਂ ਨੂੰ ਪਤਾ ਚੱਲ ਜਾਵੇ ਵੀ ਮਾਰਕੀਟ ਕਿੱਥੇ ਚੱਲਦੀ ਪਈ ਹੈ। ਆਓ ਚਲੀਏ ਟਰੈਕਟਰ ਅਤੇ ਟਰੈਕਟਰ ਦੇ ਟਾਇਰ ਵੇਖੀਏ। ਅਤੇ ਕਿਸਾਨ ਵੀਰ ਭਰਾਓ, 375 ਇਹ ਮਾਡਲ 12-13 ਹੈ, ਅਤੇ ਇਹ ਟਾਇਰ ਇਹਦੇ ਇਹਨਾਂ ਨੇ ਪਹਿਲੇ ਵਾਲੇ ਇਹ ਪਏ, ਇਹਨਾਂ ਦੀ ਵੀ ਕੰਡੀਸ਼ਨ ਚੈੱਕ ਕਰ ਲਓ। ਇਹ ਉਹਨਾਂ ਉਤਾਰ ਦਿੱਤੇ ਨੇ, 16-9-30 ਦਾ ਸਾਈਜ਼ ਹੈ ਇਹਨਾਂ ਦਾ, ਅਤੇ ਉਹਨਾਂ ਦਾ ਕਹਿਣਾ ਹੈ ਵੀ ਜਦੋਂ ਫਿਰ ਟਰੈਕਟਰ ਚੇਂਜ ਕੀਤਾ ਅਤੇ ਇਹ ਫਿਰ ਲਗਾ ਕੇ ਦੇ ਦੇਵਾਂਗੇ, ਅਤੇ ਜੇ ਉਹ ਸਟੱਪਣੀਆਂ ਆਪਾਂ ਇਹਨੂੰ ਨਵੀਆਂ ਲਾਈਆਂ ਨੇ, ਨਵੇਂ ਟਾਇਰ ਲਿਆਉਂਦੇ ਨੇ, ਉਹ ਜਨਾਬ ਉਤਾਰ ਲਵਾਂਗੇ। ਟਾਇਰ ਚੈੱਕ ਕਰੋ, 15-5-38 ਸਾਈਜ਼, ਅਤੇ ਬਿਲਕੁਲ 0 ਮੀਟਰ ਰਿਕਸ਼ੇ 'ਤੇ ਕੱਲ੍ਹ ਆਏ ਨੇ, ਅਤੇ ਦੇਖਣੇ ਵੀ ਕਿਹੜੀ ਕੰਪਨੀ ਹੈ। ਪੈਂਥਰ ਦੇ ਟਾਇਰ ਹੈਗੇ ਨੇ ਜਨਾਬ, ਆ ਚੈੱਕ ਕਰੋ, ਮੇਡ ਇਨ ਪਾਕਿਸਤਾਨ। ਪੰਦਰਾਂ 5-38 ਤੁਹਾਡੇ ਸਾਹਮਣੇ, ਅਤੇ ਰਿਮ ਵੀ ਚੈੱਕ ਕਰ ਲਓ। ਬਸ ਦੋਸਤ ਜਿਹੜੇ ਨੇ ਰਿਮ ਲੈਂਦੇ ਨੇ 95 ਮਾਡਲ 94 ਦੇ, ਅਤੇ ਬਸ ਖਰੀਦੇ ਗਏ ਨੇ ਕੈਬਨ ਵਾਲੇ ਦੇ। ਕੈਬਨ ਵਾਲਿਆਂ ਦਾ ਰੇਟ ਕੋਈ 20-25-30 ਹਜ਼ਾਰ ਜ਼ਿਆਦਾ ਹੁੰਦਾ, ਤਾਂ ਜਿਹੜੇ ਮੁਲਕੀ, ਮੇਰੇ ਖਿਆਲ ਦਾ 90% ਮੁਲਕੀ ਹੈਗੇ ਨੇ, ਨਵੇਂ ਜਿਹੜੇ ਆਉਂਦੇ ਪਏ ਨੇ ਇੱਥੇ ਸ਼ਾਇਦ ਤਿਆਰ ਹੁੰਦੇ ਹੋਣ, ਇਹ ਕਨਫਰਮ ਨਹੀਂ ਹੈਗਾ, ਲੇਕਿਨ ਇਹਨਾਂ ਨਵੇਂ ਮਾਡਲਾਂ 'ਚ ਆਖਿਆ ਜਾ ਸਕਦਾ, ਗਿਣਿਆ ਜਾਂਦਾ ਵੀ ਨਵੇਂ ਮਾਡਲ ਦੇ ਰਿਮ ਹੈਗੇ ਨੇ। ਅਤੇ ਆ ਟਾਇਰ ਵੀ ਵੇਖ ਲਓ ਦੁਬਾਰਾ ਇੱਕ ਵਾਰੀ, ਜਗ੍ਹਾ ਜਗ੍ਹਾ 'ਤੇ ਪੈਂਥਰ ਲਿਖਿਆ ਹੋਇਆ। ਅਤੇ ਇੱਕ ਮੈਂ ਆਪਣੇ ਵੀਰ ਭਰਾਵਾਂ ਨੂੰ ਹੋਰ ਦੱਸਦਾ ਚੱਲਾਂ ਵੀ ਇਹਦੀਆਂ ਜਿਹੜੀਆਂ ਪਲਾਈਆਂ ਨੇ ਨਾ, ਉਹ ਇੱਥੋਂ ਉੱਪਰ ਮੈਂ ਲਿਖਿਆ ਹੋਇਆ 14L, ਮਤਲਬ 14 ਲੇਅਰਾਂ। ਇਹ ਤੁਹਾਨੂੰ ਵੀ ਵਿਖਾ ਦੇਵਾਂ ਜੇਕਰ ਮੈਨੂੰ ਦੁਬਾਰਾ ਲੱਭ ਜਾਵੇ ਤਾਂ, ਇਹ ਲਿਖਿਆ ਹੋਇਆ 14L, ਉਲਟਾ ਲਿਖਿਆ ਪਿਆ ਪੈਂਥਰ, ਮਤਲਬ ਵੀ 14 ਪਲਾਈ ਟਾਇਰ ਹੈਗਾ ਜੀ। ਅਤੇ ਕਿਸਾਨ ਵੀਰੋ ਸਾਡੇ ਨਾਲ ਹਾਜੀ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨੀ ਵੀ ਉਹਨਾਂ ਕੱਲ੍ਹ ਵਿਜ਼ਿਟ ਕੀਤਾ ਉਖਾੜੇ ਦਾ, ਅਤੇ ਪੁੱਛਣੇ ਆ ਵੀ ਉਹਨਾਂ ਕਿੰਨੇ ਦੇ ਲਿਆਉਂਦੇ ਨੇ। ਅਸਲਾਮ ਹਾਜੀ ਸਾਹਿਬ, ਵਾਲੇਕੁਮ ਸਲਾਮ, ਕੀ ਹਾਲ ਚਾਲ ਨੇ? ਅੱਲਾ ਦਾ ਸ਼ੁਕਰ। ਅਤੇ ਕਿੰਨੇ ਦੇ ਟਾਇਰਾਂ ਦੇ ਰਿਮ ਰੁਮ ਨੂੰ ਇਹ ਤੁਸੀਂ ਸ਼ਹਿਰ ਗਏ ਨੇ, ਅਤੇ ਕਿਸ ਤਰ੍ਹਾਂ ਦੀ ਕੀਮਤਾਂ ਦੱਸੀਆਂ ਨੇ ਉਹਨਾਂ? ਅਸੀਂ ਗਏ ਪਾਕਿਸਤਾਨ ਵਾਲਿਆਂ ਕੋਲ ਉਖਾੜੇ, ਉਹਨੇ ਸਾਨੂੰ ਦੱਸਿਆ ਟਾਇਰਾਂ ਦਾ ਲੈਂਦੇ 2,30,000 ਰੁਪਈਆ। ਅੱਛਾ, 14 ਪਲਾਈ ਦਾ। ਅਸੀਂ ਉਹਨਾਂ ਨੇ ਆਖਿਆ ਵੀ ਅਸੀਂ ਅੱਗੋਂ ਟਰਾਈ ਕਰ ਲਈਏ। ਅੱਛਾ, ਅਸੀਂ ਅੱਗੋਂ ਟਰਾਈ ਕੀਤੀ ਹੈ, ਅਤੇ ਉਹ ਸਾਨੂੰ ਜਿਹੜਾ ਉਹਨਾਂ ਆਖਿਆ ਡੇਢ ਟਾਇਰਾਂ ਦਾ ਪੈਸੇ ਨੂੰ ਟੂਪਾਂ 'ਚ ਨਹੀਂ ਹੈਗੀਆਂ। ਅੱਗੋਂ ਕੀਤੀ, ਉਹਨਾਂ ਸਾਨੂੰ ਮੰਗਾ ਸਾਡੇ ਕੋਲੋਂ ਇੱਕ ਬੰਦੇ ਨੇ, ਚੌਧਰੀ ਹੈ, ਚੌਧਰੀ ਟਾਇਰਾਂ ਵਾਲੇ ਲਾਹੌਰ ਰੋਡ 'ਤੇ, ਉਹਨੇ ਆਖਿਆ 1,07,000 ਲੈਂਦਾ ਮੈਂ।
ਇਹਦੇ ਨਾਲ ਦੇ ਇਹਿਆ ਟਾਇਰ ਆ ਇਹਿਆ ਟਾਇਰ ਠੀਕ ਹੈ ਉਹਨੇ ਆਖਾ ਅਸਾਂ ਉਹਨੂੰ ਆਖਾ 2000 ਛੱਡ ਜਾ ਉਹਨੇ ਆਖਾ 1 ਰੁਪਏ ਨਹੀਂ ਛੱਡਣਾ ਠੀਕ ਹੋ ਗਿਆ ਉਹਨੇ ਤਾਂ ਪੈਸੇ ਲਾਇਆ ਦੱਸਣ ਪੂਰੇ ਉਹਨੇ ਅੱਗੋਂ ਆਖਾ ਜਿਹੜੇ ਉਹਨਾਂ ਸੁਣ ਆਖਾ ਟਾਇਰ ਇੱਕ 2 ਨੰਬਰ ਉਹਨੇ ਆਖਿਆ ਵੀ ਇਹ ਕੋਪਨੀ ਬਣਾਉਣ ਦੀ ਪਈ ਹੋਰ ਤਾਂ ਬਣਦੇ ਕੋਈ 2 ਨੰਬਰ ਕਿੱਥੋਂ ਆ ਗਏ ਉਹੀਓ ਟਾਇਰ ਨੂੰ ਉਹੀਓ ਬਣਦੇ ਪਏ ਨੂੰ ਆਪਣਾ ਕੀ ਪੈਂਦੇ ਵਾਲੇ ਪੈਂਥਰ ਵਾਲੇ ਕੋਈ ਰੋਲਾ ਉਹ ਮੁੰਡੇ ਖੈਰ ਉਹੀਓ ਟਾਇਰ ਸਹੀ ਉਹ ਬੰਦਾ ਇਮਾਨਦਾਰ ਉਸ ਆਖਾ ਮੇਰੇ ਮੈਂ ਦੁਕਾਨ ਪਾਈ ਮੇਰੇ ਪਿਓ ਇੱਕ ਗੱਲ ਕਰਨੀ ਇੱਕ ਲੈਣੀ ਪੈਸੇ ਲੈਣੇ ਨਹੀਂ ਹੈਗੇ ਪੈਸੇ ਲੈਣੇ ਪੂਰੇ ਨੂੰ ਮੁਨਾਸਬ ਗੁਰੂ ਮੁਨਾਸਬ ਉਹਨੇ ਲੈ ਇੱਕ ਲੈ 7000 15000 ਟੂਪਾਂ ਦਾ ਅੱਛਾ ਅਤੇ ਇਸ ਉਹਨੇ ਪੈਸੇ ਲੈ ਨੂੰ 2,07,000 ਦੇ ਟਾਇਰ 15,000 ਟਿਊਬਾਂ ਦੇ 2 ਟਿਊਬਾਂ ਦਾ 15,000 ਅਤੇ 2,22,000 ਵਿੱਚ ਹੋ ਗਏ ਅਤੇ 2,22,000 ਹੋ ਗਏ ਤਾਂ ਰਿੰਮ ਦਿੰਦੇ ਆ 85,000 ਦੇ ਵੀ ਅੱਛਾ 85 ਦੇ ਵੀ ਰਿੰਮ ਹੈਗੇ ਸਰ ਇਹ ਰਿੰਮਾਂ ਤੁਹਾਡਾ ਮੰਗਾ 1,30,000 ਇਹ ਰਿੰਮ ਨੂੰ ਚੰਗੇ ਬਾਰੇ ਇਹ ਅਸਾਂ ਲੈ ਰਹੀ 1,10,000 ਦੇ 1,10,000 ਦੇ 30,000 ਮੰਗੇ ਦਾ ਦਾਦ ਲੈ ਇਹਨੂੰ ਠੀਕ ਹੋ ਗਿਆ ਅਤੇ ਟਾਇਰ ਵੀ ਇਦੋਂ ਵੀ ਸਸਤੇ ਹੈਗੇ ਸਨ ਟਾਇਰ ਇਹ ਵੀ ਲਈਏ 12 ਦੇ ਉਹ ਉਹ ਡੀ ਐਸ 85,000 ਦੇ 12 ਦੇ ਟਾਇਰ 12 ਪਲਾਈ ਲਈਏ ਤਾਂ 12 ਪਲਾਈ ਲਈਏ ਅਤੇ 14 ਲਈਏ ਤਾਂ ਫਿਰ ਮੰਗੇ 2,07,000 ਪਾਕਿਸਤਾਨ ਤਾਂ ਮੰਗ ਬੜੇ ਚੌਖੇ ਨਾ ਉਹਨਾਂ ਕੋਲ ਤਾਂ ਰੇਟ ਉੱਚਾ ਬੜਾ ਉਹਨਾਂ ਦਾ ਰੇਟ ਇਹ ਅੱਗੇ ਸਾਹਮਣੇ ਪਰਲੀ ਸਾਈਡ ਦੇ ਕਿਸਾਨ ਵਾਲੇ ਨੂੰ ਇਹ ਹੈਗਾ ਇਹਨੂੰ ਚੌਧਰੀ ਲੋਰ ਜਾਈਏ ਨਾ ਚੌਧਰੀਆਂ ਦਾ ਕੋਈ ਨਾਮ ਸਾਧ ਉੱਥੋਂ ਤਾਂ ਲਿਖਿਆ ਹੋਇਆ ਬੈਰਵਲ ਚੇਤਾ ਨਾਮ ਭੁੱਲ ਗਿਆ ਠੀਕ ਚੌਧਰੀ ਮਸ਼ਹੂਰ ਨੂੰ ਚੌਧਰੀ ਦੁਕਾਨ ਇੱਕ ਹੀ ਹੈ ਜੀ ਠੀਕ ਹੈ ਅਤੇ ਕਿਸਾਨ ਵੀਰ ਭਰਾਓ ਜਿਸ ਤਰੀਕੇ ਹਾਜੀ ਸਾਹਿਬ ਦੱਸਿਆ ਵੀ 14 ਪਲਾਈ ਦਾ ਰੇਟ ਜਿਹੜਾ ਹੈ 2,07,000 ਅਗਰ ਤੁਸੀਂ 12 ਪਲਾਈ ਲੈਂਦੇ ਹੋ ਤਾਂ 1,90,000 ਦੇ ਮਿਲ ਜਾ ਸਣ ਦੇ ਅਤੇ ਰਿੰਮ ਜਿਹੜੇ ਨੇ 85,000 ਦੇ ਵੀ ਹੈਗੇ ਨੇ ਹੌਲੇ ਇਹ ਹੈਗੇ ਨੇ ਵਜ਼ਨੀ ਰਿੰਮ ਇਹ ਆਏ ਨੇ 1,10,000 ਦੇ 15,000 ਦੇ ਟਿਊਬਾਂ ਟੋਟਲ 3,32,000 ਦੇ ਵਿੱਚ ਇਹ ਟਾਇਰ ਰਿੰਮ ਆ ਗਏ ਨੇ ਅਤੇ 5,000 ਰੁਪਈਆ ਖਰਚਾ ਹੋ ਗਿਆ ਰਿਕਸ਼ੇ ਦਾ ਅਤੇ ਗੱਡੀ ਦਾ ਪੈਟਰੋਲ ਸ਼ਟਰੋਲ ਉਹ ਆਪਾਂ ਗਿਣਦੇ ਹੀ ਨਹੀਂ ਹੈ ਕਿਉਂਕਿ ਗਿਣਨਾ ਤਾਂ ਚਾਹੀਦਾ ਸਪੈਸ਼ਲ ਇਸ ਵਾਸਤੇ ਗਏ ਨੇ ਲੇਕਿਨ ਇੱਕ ਵਾਰੀ ਆਪਾਂ ਐਡ ਨਹੀਂ ਕਰਦੇ ਪਏ ਤੁਸੀਂ ਰੇਟ ਸੁਣ 'ਤੇ ਡਰ ਹੀ ਨਾ ਜਾਓ ਅਤੇ ਇਹ ਸੂਰਤ ਹਾਲ ਨੇ ਅਗਰ ਕੋਈ ਦੋਸਤ ਲੈਣਾ ਚਾਹੁੰਦਾ ਹੋਵੇ ਤਾਂ ਇਹ ਹੈਗਾ ਜੀ 25 ਜੂਨ ਦਾ ਰੇਟ ਇਹ ਤੋਂ ਬਾਅਦ ਹੋ ਸਕਦਾ ਰੇਟ ਕਮ ਹੋ ਜਾਵੇ ਹੋ ਸਕਦਾ ਜ਼ਿਆਦਾ ਹੋ ਜਾਵੇ ਲੇਕਿਨ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਮਾਰਕੀਟ ਦਾ ਅੰਦਾਜ਼ਾ ਹੋ ਜਾ ਸਕਦਾ ਅਤੇ ਹੁਣ ਮੈਂ ਆਪਣੇ ਵੀਰ ਭਰਾਵਾਂ ਤੋਂ ਲੈਣਾ ਇਜਾਜ਼ਤ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ